ਲੋਕ ਸਭਾ ਚੋਣ ਦੇ ਮੱਦੇਨਜ਼ਰ ਦੇਸ਼ ਦੀ ਸਿਆਸਤ ਦੇ ਡਾਇਨਾਮਿਕ ਚੇਂਜ ਹੋ ਗਏ। ਹੁਣ ਤਾਂ ਪਤਾ ਹੀ ਨਹੀਂ ਲੱਗਦਾ ਕਿਹੜਾ ਸਿਆਸਤਦਾਨ ਕਿਹੜੀ ਪਾਰਟੀ ਦੇ ਵਿੱਚ ਕਦੋਂ ਸ਼ਾਮਿਲ ਹੋ ਜੇ। ਕੋਈ ਵਿਚਾਰਧਾਰਾ ਤਾਂ ਹੁਣ ਕਿਸੇ ਦੀ ਰਹੀ ਨਹੀਂ। ਸਿਰਫ ਤੇ ਸਿਰਫ ਜੇਕਰ ਕੋਈ ਚੀਜ਼ ਮਹੱਤਵਪੂਰਨ ਹੈ ਤਾਂ ਉਹ ਕੁਰਸੀ ਹੈ। ਆਖਰ ਇਹ ਗੱਲ ਵੀ ਝੁਠਲਾ ਦਿੱਤੀ ਲੀਡਰਾਂ ਨੇ ਕਿ ਕੁਰਸੀ ਦੇ ਲਈ ਸਿਆਸਤਦਾਨ ਪਾਰਟੀਆਂ ਬਦਲਦੇ ਨੇ, ਪਰ ਹੁਣ ਸਿਆਸਤਦਾਨਾਂ ਕੋਲ ਕੁਰਸੀਆਂ ਨੇ। ਕੁਰਸੀਆਂ ਹੁੰਦੇ ਹੋਏ ਉਹ ਆਪਣੀਆਂ ਕੁਰਸੀਆਂ ਛੱਡ ਕੇ ਜਿਹੜੀ ਸਰਕਾਰ ਦੇ ਕੋਲ ਜਾਂ ਜਿਹੜੀ ਪਾਰਟੀ ਦੇ ਕੋਲ ਕੁਰਸੀ ਨਹੀਂ ਹੈ ਉਹਦੇ ਚਲੇ ਗਏ। ਸ਼ੀਤਲ ਅੰਗਰਵਾਲ ਮੌਜੂਦਾ MLA ਸੀ, MLAship ਛੱਡ ਗਏ, ਉਹ ਭਾਜਪਾ ਪਾਰਟੀ ਜੁਆਇਨ ਕਰ ਗਏ। ਸੁਸ਼ੀਲ ਕੁਮਾਰ ਰਿੰਕੂ, ਇੱਦਾਂ ਹੀ ਰਵਨੀਤ ਸਿੰਘ ਬਿੱਟੂ, ਹਾਲਾਂਕਿ ਲੋਕ ਸਭਾ ਦੀ ਚੋਣ ਹੋਣੀ ਹੈ, ਰਵਨੀਤ ਬਿੱਟੂ ਜਾਂ ਫਿਰ ਸੁਸ਼ੀਲ ਕੁਮਾਰ ਰਿੰਕੂ, ਇਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਕਿਉਂਕਿ ਜਿਹੜੀ ਟਰਮ ਸੀ ਰਵਨੀਤ ਬਿੱਟੂ ਸਾਹਿਬ ਦੀ ਪੂਰੀ ਹੋ ਚੁੱਕੀ ਹੈ। ਦੇਸ਼ ਦੇ ਵਿੱਚ ਲੋਕ ਸਭਾ ਦੀ ਚੋਣ ਹੈ ਅਤੇ ਨਾਲੋਂ ਨਾਲ ਸੁਸ਼ੀਲ ਕੁਮਾਰ ਰਿੰਕੂ ਨੂੰ ਜਿੰਨਾ ਕੁ ਸਮਾਂ ਮਿਲਿਆ ਸੀ ਚੋਣ ਜਾਬਤਾ ਲੱਗਿਆ ਹੋਇਆ, ਉਸ ਸਮੇਂ ਦਾ ਆਪਣਾ ਜਿਹੜਾ ਉਹ ਇੱਕ ਰਾਜ ਭਾਗ ਹੈ ਉਹ ਹੰਢਾ ਚੁੱਕੇ। ਅਤੇ ਇਸ 'ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭਿਮਿੰਦਰ ਸਾਹਿਬ ਹੁਣ ਹੈਗੇ ਨੇ, ਜੁੜੇ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ ਪੰਗੂ ਸਾਹਿਬ। ਰਵਨੀਤ ਬਿੱਟੂ ਚਲੇ ਗਏ ਡਾਕਟਰ ਸਾਹਿਬ BJP ਦੇ ਵਿੱਚ, ਕਾਂਗਰਸ ਦੇ ਉਹ 3 ਵਾਰ ਦੇ MP ਨੇ, 2 ਵਾਰ ਲੁਧਿਆਣਾ ਤੋਂ ਅਤੇ 1 ਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਜੀ। ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਚਲੇ ਗਏ, ਸ਼ੀਤਲ ਅੰਗੁਰਾਲ ਚਲੇ ਗਏ। ਹਾਲਾਂਕਿ ਕਿਸੇ ਟਾਈਮ ਆਮੋ ਸਾਹਮਣੇ ਲੜੇ ਸੀ ਇਹ ਅਤੇ ਅੱਜ ਇਕੱਠਿਆਂ ਹੀ ਚਲੇ ਗਏ। ਸ਼ੀਤਲ ਨੇ ਉਦੋਂ ਵਿਰੋਧ ਵੀ ਕੀਤਾ ਸੀ ਜਦੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਾ ਕੇ ਬਿਲਕੁਲ ਇੱਥੋਂ ਟਿਕਟ ਦੇ ਗਈ ਸੀ। ਕੀ ਵਿਚਾਰ ਰੱਖਦੇ ਹੋ ਸਾਰੇ ਮਾਮਲੇ 'ਤੇ? ਦੇਖੋ, ਵਿਚਾਰ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਹਿੰਦੀ ਦਾ ਗਾਣਾ ਕਿ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ ਜੀ, ਹਜੇ ਤਾਂ ਇਹ ਮੁੱਢਲਾ ਦੌਰ ਚੱਲ ਰਿਹਾ। ਆਉਣ ਵਾਲੇ ਜਿਹੜੇ 2 ਮਹੀਨੇ ਨੇ ਜੀ, ਇਹਦੇ ਵਿੱਚ ਬਹੁਤ ਸਾਰੀਆਂ ਸ਼ਿਫਟਿੰਗ ਹੋਣਗੀਆਂ, ਬਹੁਤ ਸਾਰੇ ਲੋਕ ਜਿਹੜੇ ਨੇ ਪਾਰਟੀਆਂ, ਕੋਈ ਛੱਡੇਗਾ, ਕੋਈ ਆਏਗਾ, ਕੋਈ ਕਾਂਗਰਸ 'ਚ ਜਾਏਗਾ, ਕੋਈ BJP ਨੂੰ ਛੱਡੇਗਾ, ਕੋਈ ਆਮ ਆਦਮੀ ਪਾਰਟੀ 'ਚ ਚਲਾ ਜਾਏਗਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਵੇਂ ਤੁਸੀਂ ਇਹ ਗੱਲ ਕੀਤੀ ਆ ਕਿ ਕੋਈ ਵਿਚਾਰਧਾਰਾ, ਕੋਈ ਸੋਚ, ਕਿ ਜਿਹੜੀ ਸਿਆਸਤ ਹੁੰਦੀ ਹੈ ਇਹ ਇੱਕ ਬਹੁਤ ਹੀ ਮੁਕੱਦਸ ਇੱਕ ਫਰਜ਼ ਹੁੰਦਾ ਹੈ। ਉਹੀ ਲੋਕ ਸਿਆਸਤ 'ਚ ਆਉਣੇ ਚਾਹੀਦੇ ਨੇ ਜਿਨ੍ਹਾਂ ਨੂੰ ਸਮਾਜ ਦੀ ਫਿਕਰ ਹੈ, ਜਿਨ੍ਹਾਂ ਨੂੰ ਲੋਕਾਂ ਦੀ ਫਿਕਰ ਹੈ, ਜਿਨ੍ਹਾਂ ਨੂੰ ਆਪਣੇ ਮੁਲਕ ਦੀ ਫਿਕਰ ਹੈ। ਸੋ ਇਹ ਤਾਂ ਸਿਆਸਤ ਦਾ ਜਿਹੜਾ ਹੈਗਾ ਇੱਕ ਜ਼ਿਆਦਾ, ਜੇ ਆਪਾਂ ਕਹਿ ਸਕਦੇ ਕਿ ਇੱਕ ਫਰਜ਼ ਹੈ ਸਿਆਸਤਦਾਨਾਂ ਦਾ। ਪਰ ਹੁਣ ਕੀ ਆਪਾਂ ਕੀ ਵੇਖ ਰਹੇ ਹਾਂ ਕਿ ਜਿਵੇਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਕੁਰਸੀ ਜਿਹੜੀ ਹੈਗੀ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋਈ ਹੋਈ ਹੈ। ਸੋ ਇਸ ਕਰਕੇ ਜਿੱਥੋਂ ਵੀ ਉਹਨਾਂ ਨੂੰ ਲੱਗਦਾ ਹੈ ਕਿ ਕੁਰਸੀ ਸਾਡੀ ਨਿਕਲ ਸਕਦੀ ਹੈ ਜਾਂ ਕੁਰਸੀ ਬਚ ਸਕਦੀ ਹੈ ਔਰ ਅਸੀਂ ਜਿੱਤ ਸਕਦੇ ਹਾਂ, ਉੱਧਰ ਲੋਕ ਜਿਹੜੇ ਨੇ ਉਹ ਸ਼ਿਫਟ ਹੋ ਰਹੇ ਨੇ। ਪਰ ਹਜੇ ਕਿਸੇ ਨੂੰ ਨਹੀਂ ਪਤਾ ਕਿ ਕਿਹੜੀ ਪਾਰਟੀ ਦੀ ਸੱਤਾ ਲੋਕ ਸਭਾ ਦੇ ਵਿੱਚ ਆਏਗੀ ਜਾਂ ਕਿਹੜੀ ਪਾਰਟੀ ਹਾਰੇਗੀ, ਇੰਡੀਆ ਗੱਠਜੋੜ ਦਾ ਕੀ ਬਣੇਗਾ, ਇਹ ਹਜੇ ਗਰਭ ਦੇ ਵਿੱਚ ਪਿਆ। ਸੋ ਉਮੀਦ ਹੈ ਕਿ ਸਾਨੂੰ, ਮੈਨੂੰ ਲੱਗਦਾ ਕਿ ਹਿੰਦੁਸਤਾਨੀਆਂ ਨੂੰ ਖਾਸ ਤੌਰ 'ਤੇ ਜਿਹੜਾ ਵੋਟਰ ਹੈ ਉਹਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਜਿਹੜੇ ਲੋਕ ਇੱਦਾਂ ਸ਼ਿਫਟ ਕਰ ਰਹੇ ਨੇ ਇਹਦਾ ਮਤਲਬ ਇਹੀ ਹੈ ਕਿ ਜਿਹੜੀ ਸ਼ਿਫਟਿੰਗ ਹੈ ਉਹ ਲੋਕਾਂ ਲਈ ਨਹੀਂ ਕਰ ਰਹੇ, ਉਹ ਤੁਹਾਡੇ ਲਈ ਨਹੀਂ ਕਰ ਰਹੇ, ਉਹ ਪੰਜਾਬ ਲਈ ਜਾਂ ਹਿੰਦੁਸਤਾਨ ਲਈ ਦੇ ਲਈ ਨਹੀਂ ਕਰ ਰਹੇ, ਉਹ ਸਿਰਫ ਅਤੇ ਸਿਰਫ ਆਪਣੀਆਂ ਰੋਟੀਆਂ ਸੇਕਣ ਦੇ ਲਈ ਕਰ ਰਹੇ ਨੇ। ਸੋ ਇੱਦਾਂ ਦੇ ਜਿਹੜੇ ਦਲ ਬਦਲੂ ਨੇ ਉਹ, ਮੈਨੂੰ ਲੱਗਦਾ ਕਿ ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਸਾਰੇ ਹਿੰਦੁਸਤਾਨੀਆਂ ਨੂੰ। ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ ਲੱਗ ਸਕਦਾ ਕਿ ਸਰਕਾਰ ਤੋੜੀ ਜਾ ਸਕਦੀ ਹੈ? ਦੇਖੋ, ਜੇ ਰਾਸ਼ਟਰਪਤੀ ਰਾਜ ਲੱਗਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਉੱਤੇ ਬਹੁਤ ਵੱਡਾ ਇੱਕ ਹਮਲਾ ਹੋਏਗਾ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ BJP ਜਿਨ੍ਹਾਂ ਲਾਈਨਾਂ ਦੇ ਉੱਤੇ ਚੱਲ ਰਹੀ ਹੈ ਇਸ ਵੇਲੇ, ਚਾਹੇ ਉਹ ਕੇਜਰੀਵਾਲ ਦੀ ਜੇਲ੍ਹ ਯਾਤਰਾ ਹੋਵੇ, ਚਾਹੇ ਉਸ ਤੋਂ ਪਹਿਲਾਂ ਵੱਖ ਵੱਖ ਲੀਡਰ ਜਿਹੜੇ ਨੇ
ਉਹ ਉਹਨਾਂ ਨੂੰ ਦੇ ਉੱਤੇ ਈ ਡੀ ਦੇ ਰੇਡ ਹੋਵੇ ਜਾਂ ਹੋਰ ਜਿਹੜੇ ਵੱਡੇ ਮਸਲੇ ਹੋਣ, ਜਿੱਦਾਂ ਦੀ ਟੈਕਲ ਬੀ ਜੇ ਪੀ ਉਹਨਾਂ ਮੁੱਦਿਆਂ ਨੂੰ ਕਰ ਰਹੀ ਹੈ, ਉੱਥੋਂ ਇਹੀ ਲੱਗਦਾ ਹੈ ਕਿ ਤਾਨਾਸ਼ਾਹੀ ਵਾਲਾ ਜਿਹੜਾ ਦੌਰ ਹੈ ਉਹ ਸਾਨੂੰ ਦਿਖਾਈ ਦੇ ਰਿਹਾ। ਇਹਦੀ ਕੋਸ਼ਿਸ਼ ਕਿਸੇ ਵੇਲੇ ਇੰਦਰਾ ਗਾਂਧੀ ਜੀ ਨੇ ਐਮਰਜੈਂਸੀ ਦੇ ਦੌਰਾਨ ਕੀਤੀ ਸੀਗੀ, ਪਰ ਹੁਣ ਬੇਸ਼ੱਕ ਆਪਾਂ ਕਹਿ ਲਈਏ ਕਿ ਇਹ ਅਣਕਹੀ ਹੋਈ ਜਿਹੜੀ ਹੈਗੀ ਹੈ, ਅਨਡਿਕਲੇਅਰਡ ਐਮਰਜੈਂਸੀ ਕਹਿ ਸਕਦੇ ਹਾਂ, ਕਿ ਜੇਕਰ ਇਹ ਹੁੰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਹਿੰਦੁਸਤਾਨ ਜਾਂ ਜਿਵੇਂ ਕਹਿ ਦਈਏ ਦਿੱਲੀ ਦੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੇ। ਡੈਮੋਕ੍ਰੇਸੀ ਜਿਹੜੀ ਹੈਗੀ ਆ ਉਹਦੇ ਉੱਤੇ ਇੱਕ ਵੱਡਾ ਸੰਕਟ ਜ਼ਰੂਰ ਆਏਗਾ ਜੇਕਰ ਇਹ ਗੱਲ ਹੁੰਦੀ ਹੈ ਤਾਂ। ਜੀ ਡਾਕਟਰ ਸਾਹਿਬ, ਕੀ ਅਰਵਿੰਦ ਕੇਜਰੀਵਾਲ ਅਸਤੀਫਾ ਵੀ ਦੇ ਸਕਦੇ ਨੇ ਜਾਂ ਫਿਰ ਨਹੀਂ, ਸਰਕਾਰ ਜੇਲ੍ਹ ਤੋਂ ਚੱਲੂਗੀ? ਦੇਖੋ, ਸੰਵਿਧਾਨ ਦੇ ਮੁਤਾਬਕ ਮੈਂ ਇਹ ਕਹਿਣਾ ਕਿ ਜੋ ਸਾਡਾ ਕੰਸਟੀਟਿਊਸ਼ਨ ਹੈ, ਸੰਵਿਧਾਨ ਹੈ, ਉਹਦੇ ਮੁਤਾਬਕ ਹੀ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਜੇਕਰ ਇਹ ਸੰਵਿਧਾਨ ਦੇ ਵਿੱਚ ਇਹ ਕਿਤੇ ਲਿਖਿਆ ਹੈ ਜਾਂ ਨਹੀਂ ਲਿਖਿਆ ਕਿ ਇੱਕ ਜਿਹੜਾ ਸਿਟਿੰਗ ਮੁੱਖ ਮੰਤਰੀ ਹੈ ਉਹ ਆਪਣੀ ਸੱਤਾ ਜਿਹੜੀ ਹੈਗੀ ਆ ਜੇਲ੍ਹ ਦੇ ਵਿੱਚੋਂ ਵੀ ਚਲਾ ਸਕਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਇਹ ਨਹੀਂ ਕਿ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਇਸ ਵੇਲੇ ਆਮ ਆਦਮੀ ਪਾਰਟੀ ਦੇ ਸਾਹਮਣੇ ਨੇ, ਉੱਥੋਂ ਹੀ ਲੱਗਦਾ ਹੈ ਕਿ ਜੇਕਰ ਕਾਨੂੰਨੀ ਰਾਏ ਨਹੀਂ ਲਈ ਜਾਂਦੀ ਤਾਂ ਇਹ ਸੰਵਿਧਾਨਕ ਸੰਕਟ ਜਿਹੜਾ ਹੈਗਾ ਖੜ੍ਹਾ ਹੋ ਸਕਦਾ ਹੈ। ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸੰਵਿਧਾਨਕ ਜਿਹੜਾ ਇੱਕ ਸੰਕਟ ਹੈ ਉਹਨੂੰ ਸਮਝਣ ਦੇ ਲਈ ਜਿਹੜੇ ਸੰਵਿਧਾਨ ਦੇ ਮਾਹਿਰ ਨੇ ਉਹ ਆਪਣੀ ਰਾਏ ਦੇ ਸਕਦੇ ਨੇ, ਔਰ ਜਿਵੇਂ ਉੱਥੋਂ ਦੇ ਜਿਹੜੇ ਉਪ ਰਾਜਪਾਲ ਨੇ ਉਹ ਦੱਸ ਰਹੇ ਨੇ, ਉਹ ਕਹਿ ਰਹੇ ਨੇ ਕਿ ਇਹਦੇ ਨਾਲ ਸੰਵਿਧਾਨਕ ਸੰਕਟ ਖੜ੍ਹਾ ਹੋਏਗਾ। ਮੈਨੂੰ ਲੱਗਦਾ ਕਿ ਬੀ ਜੇ ਪੀ ਨੂੰ ਇਸ ਤਰ੍ਹਾਂ ਦਾ ਜੋ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇੱਕ ਰਾਸ਼ਟਰਪਤੀ ਰਾਜ ਵੱਲ ਵਧਣ ਦਾ ਇੱਕ ਜੋ ਤਕਾਜ਼ਾ ਇਸ ਵੇਲੇ ਬੀ ਜੇ ਪੀ ਕਰ ਰਹੀ ਹੈ, ਤਾਂ ਉਹਦੇ ਤੋਂ ਸੁਚੇਤ ਹੋਣ ਦੀ ਲੋੜ ਹੈ ਪੰਜਾਬ ਆਪਣੇ ਦਿੱਲੀ ਦੇ ਲੋਕਾਂ ਨੂੰ। ਐਕਸਾਈਜ਼ ਪੋਲਿਸੀ ਲੈ ਕੇ ਪੰਜਾਬ ਦੇ ਵਿੱਚ ਵੀ ਸੇਕ ਆ ਸਕਦਾ, ਕਿਉਂਕਿ ਕਿਹਾ ਜਾ ਰਿਹਾ ਕਿ ਦੋ ਅਫਸਰਾਂ ਨੂੰ ਦਿੱਲੀ ਸੱਦਿਆ ਗਿਆ? ਦੇਖੋ, ਜਿਹੜੀ ਐਕਸਾਈਜ਼ ਪੋਲਿਸੀ ਹੈ ਇਹ ਸ਼ੱਕ ਦੇ ਘੇਰੇ ਦੇ ਵਿੱਚ ਜਾਣ ਕੇ ਲਿਆਂਦੀ ਗਈ ਹੈ। ਪਹਿਲਾਂ ਵੀ ਦਿੱਲੀ ਦੇ ਵਿੱਚ ਵੀ ਆਪਾਂ ਦੇਖਿਆ ਕਿ ਐਕਸਾਈਜ਼ ਨਾਲ ਸੰਬੰਧਿਤ ਜਿੰਨੇ ਵੀ ਮੁੱਦੇ ਸੀਗੇ ਉਹ ਜਾਣ ਬੁੱਝ ਕੇ ਉਛਾਲੇ ਗਏ, ਔਰ ਉਹਦਾ ਨਤੀਜਾ ਕੀ ਨਿਕਲਿਆ? ਨਤੀਜਾ ਦਿੱਲੀ ਦੇ ਵਿੱਚ ਇਹੀ ਨਿਕਲਿਆ ਕਿ ਜਾਣ ਬੁੱਝ ਕੇ ਜਿਹੜੇ ਵੱਡੇ ਲੀਡਰ ਸੀਗੇ, ਖਾਸ ਤੌਰ 'ਤੇ ਜਿਹੜੀ ਟਾਈਮਿੰਗ ਹੈ, ਟਾਈਮਿੰਗ ਨੂੰ ਲੈ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਐਕਸਾਈਜ਼ ਜੋ ਪੋਲਿਸੀ ਹੈ ਉਹਦੇ ਬਾਰੇ ਗੱਲ ਕਿਉਂ ਕੀਤੀ ਜਾ ਰਹੀ ਹੈ, ਚਾਹੇ ਦਿੱਲੀ ਹੋਵੇ ਚਾਹੇ ਪੰਜਾਬ ਹੋਵੇ, ਕਿਉਂਕਿ ਹੁਣ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ, ਔਰ ਇਲੈਕਸ਼ਨ ਦੇ ਦੌਰ ਦੇ ਵਿੱਚ ਜਦੋਂ ਚੋਣ ਜ਼ਾਬਤਾ ਲੱਗਿਆ ਹੋਵੇ ਤਾਂ ਟਾਈਮਿੰਗ ਦੇ ਉੱਤੇ ਜ਼ਰੂਰ ਸਵਾਲ ਲੋਕ ਜਿਹੜੇ ਨੇ ਉਹ ਚੱਕਦੇ ਨੇ ਕਿ ਇਸ ਵੇਲੇ ਜਦੋਂ ਚੋਣ ਜ਼ਾਬਤਾ ਤੁਹਾਡੀਆਂ ਚੋਣਾਂ ਸਿਰ 'ਤੇ ਹੈਗੀਆਂ ਔਰ ਉਸ ਵੇਲੇ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਪੋਲਿਸੀਆਂ ਨੇ ਉਹਦੇ ਉੱਤੋਂ ਉਹਦੇ 'ਤੇ ਸਵਾਲ ਚੁੱਕ ਰਹੇ ਹੋ, ਪਰ ਜਿਹੜੀ ਇਹ ਪੋਲਿਸੀ ਤਾਂ ਬਹੁਤ ਦੇਰ ਤੋਂ ਲਾਗੂ ਨੇ, ਚਾਹੇ ਦਿੱਲੀ ਹੈ, 2 ਸਾਲ ਹੋ ਗਏ ਦਿੱਲੀ ਦੇ ਵਿੱਚ ਇਹ ਸਾਰੀ ਪੋਲਿਸੀ ਦੇ ਉੱਤੇ ਗੱਲਬਾਤ ਚੱਲਦੀਆਂ, ਉਦੋਂ ਕਿਉਂ ਨਹੀਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ? ਇਹ ਸਵਾਲ ਮੈਨੂੰ ਲੱਗਦਾ ਹੈ ਕਿ ਸਾਰੇ ਜਿਹੜੇ ਪੰਜਾਬ ਦੇ ਲੋਕ ਹੋਣ ਚਾਹੇ ਦਿੱਲੀ ਦੇ ਲੋਕ ਹੋਣ ਇਹ ਮੋਦੀ ਸਰਕਾਰ ਤੋਂ ਪੁੱਛਣਾ ਜ਼ਰੂਰ ਚਾਹੁੰਦੇ ਨੇ। ਹੋਰ ਵੀ ਜਾ ਸਕਦੇ ਨੇ ਕਾਂਗਰਸ ਵੱਲੋਂ ਬੀ ਜੇ ਪੀ ਦੇ ਵਿੱਚ, ਆਮ ਆਦਮੀ ਪਾਰਟੀ ਤੋਂ ਹੋਰ ਜਾ ਸਕਦੇ ਨੇ? ਮੈਂ ਇਹੀ ਜਿਹੜੀ ਗੱਲ ਮੈਂ ਸ਼ੁਰੂ 'ਚ ਕਹੀ ਸੀ ਕਿ ਇਹ ਤਾਂ ਅਜੇ ਸ਼ੁਰੂਆਤ ਹੈ, ਬਹੁਤ ਸਾਰੀ ਸ਼ਿਫਟਿੰਗ ਜਿਹੜੀ ਤੁਸੀਂ ਦੇਖੋਗੇ, ਇਕੱਲਾ ਇਹ ਨਹੀਂ ਕਿ ਇਕੱਲੇ ਇਹ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਾਂ ਕਿਤੇ ਹੋਰ ਬਾਕੀ ਸਟੇਟਾਂ ਦੇ, ਪੂਰੇ ਹਿੰਦੁਸਤਾਨ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਸ਼ਿਫਟਿੰਗ ਹੋਣੀ ਹੈ
ਔਰ ਇਸ ਵਾਰੀ ਸਭ ਤੋਂ ਵੱਡੇ ਪੱਧਰ 'ਤੇ ਹੋਣੀ ਹੈ। ਸਾਰੇ ਪਿਛਲੇ ਰਿਕਾਰਡ ਜਿਹੜੇ ਨੇ ਉਹ ਟੁੱਟਣੇ ਨੇ ਇਸ ਵਾਰੀ, ਕਿਉਂਕਿ ਇਸ ਵਾਰੀ ਇਹ ਲੱਗ ਰਿਹਾ, ਚਾਹੇ ਉਹ ਲੀਡਰ ਹੋਣ ਵੱਖ ਵੱਖ ਪਾਰਟੀਆਂ ਦੇ, ਚਾਹੇ ਲੋਕ ਹੋਣ, ਉਹਨਾਂ ਨੂੰ ਇਹੀ ਲੱਗਦਾ ਕਿ ਕਿਹੜੀ ਪਾਰਟੀ ਜਿੱਤੇਗੀ, ਉਹਨਾਂ ਨੂੰ ਕਲੀਅਰ ਨਹੀਂ ਹੈ ਹਜੇ ਜੀ। ਸੋ ਇਸ ਕਰਕੇ ਜਦੋਂ ਤੁਹਾਨੂੰ ਕਲੀਅਰ ਨਾ ਹੋਵੇ ਕਿ ਕਿਹੜੀ ਪਾਰਟੀ ਨੇ ਲੋਕ ਸਭਾ ਦੇ ਵਿੱਚ ਆਪਣੀ ਸੱਤਾ ਕਾਇਮ ਕਰਨੀ ਹੈ, ਤਾਂ ਉਦੋਂ ਇੱਦਾਂ ਦੀ ਸ਼ਿਫਟਿੰਗ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਨੇ। ਸੋ ਹੁਣ ਕਿਉਂਕਿ ਦੌਰ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਮੌਕਾ ਪ੍ਰਸਤੀ ਦਾ ਦੌਰ ਚੱਲ ਰਿਹਾ, ਔਰ ਮੌਕਾ ਪ੍ਰਸਤੀ ਹੋਣ ਕਰਕੇ ਸਾਰੇ ਜਿਹੜੇ ਲੀਡਰ ਨੇ ਉਹ ਮੌਕੇ ਦੀ ਭਾਲ ਦੇ ਵਿੱਚ ਨੇ ਕਿ ਕਿਵੇਂ ਨਾ ਕਿਵੇਂ ਸਾਨੂੰ ਕੁਰਸੀ ਜਿਹੜੀ ਹੈਗੀ ਆ ਹਾਸਲ ਹੋ ਜਾਏ, ਕਿਵੇਂ ਨਾ ਕਿਵੇਂ ਸਾਨੂੰ ਟਿਕਟ ਜਿਹੜੀ ਹੈਗੀ ਮਿਲ ਜਾਏ ਕਿਸੇ ਪਾਰਟੀ ਤੋਂ। ਸੋ ਉਹ ਜਿਹੜਾ ਲਾਲਚ ਹੈ ਕੁਰਸੀ ਦਾ ਲਾਲਚ, ਉਹ ਸਾਰੀਆਂ ਚੀਜ਼ਾਂ ਕਰਵਾ ਰਿਹਾ, ਔਰ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਕਾਰਨ ਨੇ ਜਿਨ੍ਹਾਂ ਕਰਕੇ ਸ਼ਿਫਟਿੰਗ ਜਿਹੜੀ ਹੈਗੀ ਹੈ ਹੋ ਰਹੀ ਹੈ, ਔਰ ਇਹ ਸ਼ਿਫਟਿੰਗ ਮੈਨੂੰ ਲੱਗਦਾ ਕਿ ਇੱਕ ਲੋਕਤੰਤਰ ਦੇ ਲਈ ਕੋਈ ਬਹੁਤੀ ਚੰਗੀ ਨਹੀਂ ਹੈ। ਅਦਰਵਾਈਜ਼ ਆਪਾਂ ਕਹਿ ਸਕਦੇ ਹਾਂ ਕਿ ਕੋਈ ਗੱਲ ਨਹੀਂ, ਇੱਕ ਲੋਕਤੰਤਰੀ ਅਧਿਕਾਰ ਹੈ, ਪਰ ਜਦੋਂ ਅਸੀਂ ਓਵਰਆਲ ਨਜ਼ਰ ਮਾਰਦੇ ਹਾਂ ਲੋਕਤੰਤਰ ਦੇ ਉੱਤੇ, ਤਾਂ ਇੱਦਾਂ ਦੀ ਸ਼ਿਫਟਿੰਗ ਜਿਹੜੀ ਹੁੰਦੀ ਹੈ, ਵਿਚਾਰਧਾਰਾ ਰਹਿਤ ਸ਼ਿਫਟਿੰਗ, ਉਹ ਬਹੁਤ ਹੀ ਕੋਈ ਚੰਗੀ ਜਿਹੜੀ ਹੈਗੀ ਆ ਫਿਊਚਰ ਇਹਦੇ ਵਿੱਚ ਨਜ਼ਰ ਨਹੀਂ ਆ ਰਿਹਾ। ਭੰਗੂ ਸਾਹਿਬ, ਆਮ ਆਦਮੀ ਪਾਰਟੀ ਦੇ MLA ਕਹਿੰਦੇ ਨੇ, ਜਿਵੇਂ ਜਲਾਲਾਬਾਦ ਤੋਂ ਗੋਲਡੀ ਹੈਗੇ ਨੇ ਜੀ ਕੰਬੋਜ, ਉਹ ਕਹਿੰਦੇ ਨੇ ਕਿ ਸਾਨੂੰ ਤਾਂ 20-25 ਕਰੋੜ ਦੀਆਂ ਆਫਰਾਂ ਨੇ ਡਾਕਟਰ ਸਾਹਿਬ, ਕਿ BJP ਵੱਲੋਂ ਵੀ ਸਾਡੀ ਪਾਰਟੀ ਜੁਆਇਨ ਕਰ ਲਵਾ ਚੱਕੋ 25 ਕਰੋੜ ਜੀ। ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਵੇਂ ਆਪਾਂ ਨੇ ਮਹਾਰਾਸ਼ਟਰ ਦੇ ਵਿੱਚ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਿ ਕਿਵੇਂ ਮਹਾਰਾਸ਼ਟਰ ਦੀ ਜਿਹੜੀ ਸ਼ਿਵ ਸੈਨਾ ਹੈ ਉਹ ਤੋੜ ਕੇ ਉਹਦੇ 2 ਟੁਕੜੇ ਕੀਤੇ ਗਏ, ਇਸੇ ਤਰ੍ਹਾਂ ਹੋਰ ਬਾਕੀ ਸਟੇਟਾਂ ਦੇ ਵਿੱਚ। ਜੇਕਰ ਇਹੀ ਗੱਲਾਂ ਪੰਜਾਬ ਦੇ ਵਿੱਚ ਵਾਪਰਦੀਆਂ ਨੇ, ਜਿਵੇਂ ਤੁਸੀਂ ਗੋਲਡੀ ਦੀ ਐਗਜ਼ਾਮਪਲ ਦਿੱਤੀ ਹੈ, ਤਾਂ ਮੈਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਉੱਤੇ ਬਹੁਤ ਇੱਕ ਕਾਲਾ ਦੌਰ ਦਾ ਜਿਹੜਾ ਹੈਗਾ ਸਾਇਆ ਜਿਹੜਾ ਹੈਗਾ ਉਹ ਸਾਨੂੰ ਦਿਖਾਈ ਦਿੰਦਾ। ਕੀ ਡਾਕਟਰ ਸਾਹਿਬ ਕੱਲ੍ਹ ਜੇਕਰ BJP ਪੈਸਿਆਂ ਦੀ ਆਫਰ ਦੇ ਰਹੀ ਹੈ ਕਿ 20-25 ਕਰੋੜ ਕੀ ਸੁਸ਼ੀਲ ਕੁਮਾਰ, ਰਿੰਕੂ ਜਾਂ ਫਿਰ ਸ਼ੀਤਲ ਅੰਗੁਰਾਲ, ਇਹ ਵੀ 25-25 ਕਰੋੜ 'ਚ ਵਿਕੇ ਨੇ ਜਾਂ ਕੋਈ ਹੋਰ ਗੱਲਬਾਤ? ਦੇਖੋ, ਮੈਂ ਇਹ ਨਹੀਂ ਕਹਿੰਦਾ ਕਿ ਕੋਈ ਪੈਸਿਆਂ ਦਾ ਕੋਈ ਲਾਲਚ, ਕੋਈ ਵੀ ਹੋ ਸਕਦਾ। ਪਾਰਟੀ ਨੇ ਵੀ ਕਿਹਾ ਕਿ ਆਪਰੇਸ਼ਨ ਲੋਟਸ ਚਲਾਇਆ ਗਿਆ। ਦੇਖੋ, ਉਹ ਜਿਹੜਾ ਹੈਗਾ ਪੁਰਾਣੀ ਗੱਲ ਹੋ ਗਈ ਕਿ ਕਿਸੇ ਵੇਲੇ ਕੇਜਰੀਵਾਲ ਜੀ ਨੇ ਜਾਂ ਮਾਨ ਸਾਹਿਬ ਨੇ ਗੱਲ ਕੀਤੀ ਸੀ ਕਿ ਪਾਰਟੀਆਂ ਦੇ ਵਿੱਚੋਂ ਰੱਦੋ ਬਦਲ ਕਰਨ ਦੀ ਕੋਸ਼ਿਸ਼ ਜਾਂ MLAs ਨੂੰ ਖਰੀਦੋ ਫਰੋਖਤ ਕਰਨ ਦੀ ਜਿਹੜੀ ਗੱਲ ਹੈ ਉਹ ਹੋ ਰਹੀ ਹੈ, ਔਰ ਪਰ ਜਿਹੜੀਆਂ ਇਹ ਲੋਕ ਸਭਾ ਚੋਣਾਂ ਨੇ ਇਹਦੇ 'ਚ ਇਹਨਾਂ ਨੂੰ ਕਿੰਨੀ ਆਫਰ ਹੋਈ ਹੈ ਜਾਂ ਕਿੰਨੀ ਨਹੀਂ ਹੋਈ ਇਹਦੇ ਬਾਰੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇੱਕ ਲਾਲਚ ਜਿਹੜਾ ਹੈਗਾ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਤੌਰ 'ਤੇ ਜ਼ਰੂਰ ਦਿਖਾਈ ਦੇ ਰਿਹਾ। ਜਿੰਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸ਼ਿਫਟਿੰਗ ਹੋਣੀ ਹੈ, ਕੋਈ ਨਾ ਕੋਈ ਚਾਹੇ ਕੁਰਸੀ ਦਾ ਲਾਲਚ ਹੋਵੇ, ਚਾਹੇ ਕੋਈ ਹੋਰ ਲਾਲਚ ਹੋਵੇ, ਚਾਹੇ ਕੋਈ ਡਰ ਹੋਵੇ, ਸੋ ਉਹ ਚੀਜ਼ਾਂ ਦੀਆਂ ਸੰਭਾਵਨਾਵਾਂ ਜ਼ਰੂਰ ਦਿਖਾਈ ਦੇ ਰਹੀਆਂ ਨੇ ਇਸ ਵੇਲੇ ਕਿ ਫਿਊਚਰ ਦੇ ਵਿੱਚ ਵੀ ਇਹ ਸ਼ਿਫਟਿੰਗ ਇਹਨਾਂ ਕਾਰਨਾਂ ਕਰਕੇ ਹੋ ਸਕਦੀ ਹੈ। ਤੁਸੀਂ ਫਿਊਚਰ ਕੀ ਦੇਖ ਰਹੇ ਹੋ ਪੰਜਾਬ ਦੇ ਲੋਕਾਂ ਦਾ ਇਸ ਪੂਰੇ ਰੱਦੋ ਬਦਲ ਫਿਰ ਬਦਲ ਦੇ ਵਿੱਚ? ਰੱਦੋ ਬਦਲ ਦੇ ਵਿੱਚ ਇਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੱਦੋ ਬਦਲ ਹੋਰ ਜ਼ਿਆਦਾ ਤੇਜ਼ ਹੋਏਗੀ, ਔਰ ਲੋਕਾਂ ਦਾ ਜਿਹੜਾ ਭਰੋਸਾ ਹੈ ਜੀ ਉਹ ਟੁੱਟਦਾ ਸਾਨੂੰ ਨਜ਼ਰ ਆਏਗਾ ਵੱਖ ਵੱਖ ਪਾਰਟੀਆਂ ਤੋਂ, ਖਾਸ ਤੌਰ 'ਤੇ ਜਿਹੜੀ ਸ਼ਿਫਟਿੰਗ ਜਦੋਂ ਟਿਕਟਾਂ ਉਹਨਾਂ ਨੂੰ ਮਿਲਣਗੀਆਂ ਜਿਹੜੇ ਸ਼ਿਫਟਿੰਗ ਕਰ ਰਹੇ ਲੋਕ ਨੇ, ਤਾਂ ਪੰਜਾਬ ਦੇ ਲੋਕਾਂ ਦਾ ਇੱਕ ਦਿਲ ਜਿਹੜਾ ਕਿਸੇ ਪਾਰਟੀ ਦੇ ਪ੍ਰਤੀ ਕਿਸੇ ਸੋਚ ਦੇ ਪ੍ਰਤੀ ਜੁੜਿਆ ਹੋਇਆ ਸੀਗਾ ਉਹ ਜ਼ਰੂਰ ਤੁਹਾਨੂੰ ਉਹ ਬਿਖਰਦਾ ਨਜ਼ਰ ਆਏਗਾ, ਟੁੱਟਦਾ ਨਜ਼ਰ ਆਏਗਾ। ਸੋ ਇਸ ਕਰਕੇ ਆਪਾਂ ਕਹਿੰਦੇ ਕੋਈ ਚੰਗਾ ਕੋਈ ਇਹ ਸ਼ਗਨ ਨਹੀਂ ਹੈ ਸ਼ਿਫਟਿੰਗ ਦਾ, ਇਹ ਇੱਕ ਮਾੜੀ ਜਿਹੜੀ ਹੈਗੀ ਹੈ ਕਾਰਗੁਜ਼ਾਰੀ ਦੀ ਨਿਸ਼ਾਨੀ ਹੈ। ਸੋ ਗੱਲ ਤਾਂ ਮੁੱਦਿਆਂ 'ਤੇ ਹੋਣੀ ਚਾਹੀਦੀ ਸੀਗੀ, ਬਜਾਏ ਮੁੱਦਿਆਂ ਦੇ
ਤੁਸੀਂ ਦੇਖੋਗੇ ਕਿ ਪਾਰਟੀਆਂ ਬਦਲ ਦੇ ਨਾਲ ਕੋਈ ਮੁੱਦੇ ਜਿਹੜੇ ਨੇ ਉਹ ਨਹੀਂ ਬਦਲਣੇ ਜਾਂਦੇ। ਸੋ ਮੇਨ ਗੱਲ ਹੈ, ਫੋਕਸ ਜਿਹੜਾ ਹੋਣਾ ਚਾਹੀਦਾ ਲੋਕ ਸਭਾ ਦਾ, ਉਹ ਐਜੂਕੇਸ਼ਨ 'ਤੇ ਹੋਣਾ ਚਾਹੀਦਾ, ਹੈਲਥ ਦੇ ਉੱਤੇ ਹੋਣਾ ਚਾਹੀਦਾ, ਜੋ ਪੰਜਾਬ ਦੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੇ, ਚਾਹੇ ਉਹ ਸਟੇਟ ਔਰ ਸੈਂਟਰ ਦੇ ਸੰਬੰਧ ਨੇ, ਉਹਦੇ ਉੱਤੇ ਗੱਲ ਹੋਣੀ ਚਾਹੀਦੀ ਹੈ, ਚਾਹੇ ਉਹ ਪਾਣੀਆਂ ਦੇ ਮੁੱਦੇ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ, ਬਜਟ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੇ ਪੰਜਾਬ ਦੇ ਐਸੇ ਮੁੱਦੇ ਨੇ ਜਿਨ੍ਹਾਂ ਦੇ ਬਾਰੇ ਲੋਕ ਸਭਾ ਚੋਣਾਂ ਦੇ ਵਿੱਚ ਗੱਲ ਹੋਵੇ, ਸੋ ਤਾਂ ਹੀ ਲੋਕਾਂ ਦੇ ਵਿੱਚ ਅਵੇਅਰਨੈਸ ਹੋਏਗੀ। ਪਰ ਹੁਣ ਇਸ ਵੇਲੇ ਗੱਲ ਕਿਹਦੇ 'ਤੇ ਹੋ ਰਹੀ ਹੈ ਕਿ ਫਲਾਣਾ ਬੰਦਾ ਕਿਹੜੀ ਪਾਰਟੀ ਛੱਡ ਗਿਆ, ਕਿਹੜੇ 'ਚ ਜਾ ਰਿਹਾ, ਸੋ ਇਹ ਇੱਕ ਅਨਫਾਰਚੂਨੇਟ ਗੱਲ ਹੋ ਰਹੀ ਹੈ ਪੰਜਾਬ ਦੇ ਲਈ। ਭੰਗੂ ਸਾਹਿਬ ਬਿਲਕੁਲ ਬਿਲਕੁਲ ਸਹੀ ਗੱਲ ਹੈ ਡਾਕਟਰ ਸਾਹਿਬ ਤੁਹਾਡੀ, ਕਿ ਬਸ ਆਹੀ ਸੋਚਿਆ ਜਾ ਰਿਹਾ ਕਿ ਕਿਹੜਾ ਬੰਦਾ ਕਿੱਥੇ ਚਲਾ ਗਿਆ, ਕਿਹੜੇ ਬੰਦੇ ਨੇ ਕਿੱਥੇ ਜਾਣਾ, ਕਿਹੜਾ ਬੰਦਾ ਕਿੱਥੇ ਜਾ ਸਕਦਾ। ਲੋਕ ਮੁੱਦਿਆਂ ਤੋਂ ਧਿਆਨ ਪਾਸੇ ਹਟਿਆ ਹੋਇਆ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਅਹਿਮ ਗੱਲਾਂ ਬਾਤਾਂ ਤੇ ਜਾਣਕਾਰੀ ਸਾਂਝੀ ਕਰਨ ਲਈ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ। ਦੋਸਤੋ, ਮੇਰੇ ਨਾਲ ਸਤਿਕਾਰਯੋਗ ਸਿਆਸੀ ਮਾਹਿਰ ਡਾਕਟਰ ਭਵਿੰਦਰ ਸਾਹਿਬ ਜੁੜੇ ਹੋਏ ਸੀ। ਤਮਾਮ ਤਰ੍ਹਾਂ ਦੇ ਸਵਾਲ ਸੀ, ਉਹ ਸਵਾਲ ਸਾਰੇ ਆਪਾਂ ਨੇ ਲਏ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਰਾਜਨੀਤੀ ਤੇ ਹੋਰ ਗੱਲਾਂ ਬਾਤਾਂ ਡਾਕਟਰ ਸਾਹਿਬ ਦੇ ਵਿਚਾਰ ਆਪਾਂ ਜਾਣਦੇ ਰਹਾਂਗੇ। ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਦੀ ਤਰ੍ਹਾਂ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ।